ਸਾਡੇ ਬੱਚਿਆਂ ਨੂੰ ਧੀਆਂ ਪੁੱਤਰਾਂ ਨੂੰ ਸਿੱਖੀ ਦੀ ਦਾ ਪ੍ਰਭ ਸੀ ਪਰਮਾਤਮਾ ਸਾਨੂੰ ਜਾਂਚ ਸਿਖਾ ਦੇ, ਅਸੀਂ ਸਾਡੇ ਬੱਚਿਆਂ ਨੂੰ ਤੇਰੇ ਨਾਲ ਕਿਵੇਂ ਜੋੜ ਸਕੀਏ, ਇਹ ਵੀ ਸਾਡੇ ਕਿਰਪਾ ਕਰਕੇ ਪਾਤਸ਼ਾਹ ਸਾਨੂੰ ਰਾਹ ਵਿਖਾ ਦੇ, ਇਹ ਵੀ ਗੁਰੂ ਤੋਂ ਲਾਭ ਮੰਗਿਆ। ਅਗਲੀ ਬੇਨਤੀ ਇਹ ਹੈ, ਜਦੋਂ ਗੁਰੂ ਨੇ ਦਾਤਾਂ ਦਿੱਤੀਆਂ ਨੇ, ਕੋਸ਼ਿਸ਼ ਕਰਿਆ ਕਰੋ ਦਾਤਾਂ ਮਨੁੱਖਾਂ ਦੀ ਸੇਵਾ ਵਾਸਤੇ ਵਰਤੀਆਂ ਜਾਣ, ਜਿੰਨੀ ਤੁਹਾਡੀ ਸਮਰੱਥਾ। ਮੈਂ ਨਹੀਂ ਕਹਿੰਦਾ ਬਹੁਤ ਕਰੋ, ਥੋੜ੍ਹਾ ਕਰੋ, ਬਾਹਲਾ ਕਰੋ, ਕਰਿਆ ਕਰੋ। ਇਸ ਪਾਸੇ ਸਤਿਕਾਰ ਦੇ ਅਨੁਸਾਰ ਸਿੰਘ ਜੀ, ਕੋਈ ਵਿਅਕਤੀ ਤਨ ਤੋਂ ਨੰਗਾ ਫਿਰਦਾ ਹੈ, ਉਹਦਾ ਤਨ ਢੱਕ ਦਿਓ, ਕੋਈ ਗੁਰੂ ਦੀ ਸੇਵਾ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਕਿਸੇ ਨੂੰ ਉਹਨਾਂ ਦੀ ਮਦਦ ਜ਼ਰੂਰ ਕਰਦਾ। ਕੋਈ ਵਿਅਕਤੀ ਬਿਮਾਰ ਹੈ, ਇਲਾਜ ਕਰੋ ਨਹੀਂ ਕਰਾ ਸਕਦਾ, ਉਹਦੀ ਜਿੰਨੀ ਤੁਹਾਡੀ ਸਮਰੱਥਾ ਮਦਦ ਕਰਦਾ ਕਰੋ, ਕਿਸੇ ਕੋਈ ਦਵਾਈ ਦਵਾ ਦਿਓ, ਕੋਈ ਜਿੰਨੀ ਤੁਹਾਡੀ ਸਮਰੱਥਾ ਮਦਦ ਕਰਦਾ ਕਰੋ, ਗੁਰੂ ਦੀ ਕਿਰਪਾ ਗੁਰੂ ਦੇ ਬਖਸ਼ਿਆ ਪ੍ਰਾਪਤ ਕਰੋ, ਜੇਕਰ ਇਸ ਪਾਸੇ ਆਪਣਾ ਯੋਗਦਾਨ ਪਾਉਂਦੇ। ਕੋਈ ਬੱਚਾ ਚੰਗਾ ਪੜ੍ਹਾਈ ਪੜ੍ਹਦਾ, ਗਰੀਬ ਹੈ, ਫੀਸ ਨਹੀਂ ਭਰ ਸਕਦਾ, ਕੋਸ਼ਿਸ਼ ਕਰਿਆ ਕਰੋ ਕਿਸੇ ਗਰੀਬ ਦੀ ਫੀਸ ਭਰਦਾ ਕਰੋ, ਕਿਸੇ ਨੂੰ ਕਿਤਾਬਾਂ ਲੈ ਜਾਇਆ ਕਰੋ, ਕਿਸੇ ਨੂੰ ਵਾਦੀ ਲੈ ਜਾਇਆ ਕਰੋ, ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਨਾਲ ਇਹਦੀਆਂ ਤੁਹਾਨੂੰ ਦਾਤਾਂ ਹੁੰਦੀਆਂ ਨੇ। ਕਿਸੇ ਲੋਕਾਂ ਦੀ ਮਦਦ ਕਰੋਗੇ ਤਾਂ ਗੁਰੂ ਪਾਤਸ਼ਾਹ ਦੇ ਖੁਸ਼ੀਆਂ ਪ੍ਰਾਪਤ ਕਰੋਗੇ, ਕਿਉਂਕਿ ਜੋ ਕੁਛ ਹੈ ਗੁਰੂ ਨੇ ਦਿੱਤਾ, ਤਾਂ ਆਪਾਂ ਗੁਰੂ ਦੀ ਸੰਗਤ ਵਾਸਤੇ ਕੁਛ ਨਾ ਕੁਛ ਪ੍ਰਾਣਾ ਯੋਗ ਕਰ ਲਈਏ, ਜਿਵੇਂ ਘੁੰਮਣ ਪਵਾਰ ਕਰਦਾ। ਅਸੀਂ ਜਦੋਂ ਵੀ ਕੋਈ ਵੀ ਇਸ ਇਲਾਕੇ 'ਚ ਐਕਟੀਵਿਟੀ ਕਰਦੇ ਹਾਂ, ਕੋਈ ਗਤੀਵਿਧੀ ਕਰਦੇ ਹਾਂ, ਜਿੱਥੇ ਇਸ ਇਲਾਕੇ ਨੇ ਵੱਡਾ ਸਹਿਯੋਗ ਦਿੱਤਾ, ਉੱਥੇ ਘੁੰਮਣ ਪਰਿਵਾਰ ਹਮੇਸ਼ਾ ਪੂਰੇ ਰੂਪੇ ਸਾਨੂੰ ਕਰਦਾ ਰਹੇ। ਜੇਕਰ ਜੇ ਖੂਨ ਦਾਨ ਕੈਂਪ ਕੋਈ ਲਾਉਣਾ ਵੱਡੇ ਟੋੜਾ ਸਾਹਿਬ ਦੀ ਯਾਦ ਵਿੱਚ, ਇਸ ਇਲਾਕੇ 'ਚ ਵੱਡੀ ਗਿਣਤੀ ਵਿੱਚ ਆਉਂਦੇ ਨੇ, ਔਰ ਇਸ ਘੁੰਮਣ ਪਰਿਵਾਰ ਨੇ ਅਗਵਾਈ ਦੇ ਤੌਰ 'ਤੇ ਸਾਡਾ ਸਹਿਯੋਗ ਕਰਦਾ ਰਿਹਾ। ਜੇਕਰ ਅਸੀਂ ਬਾਬੇ ਨਾਨਕ ਦੇ ਇਸ ਸਥਾਨ ਤੋਂ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਦੀ ਯਾਦ ਕੋਈ ਨਗਰ ਕੀਰਤਨ ਹਰ ਸਾਲ ਲੈ ਕੇ ਜਾਂਦੇ ਹਾਂ, ਜਿੱਥੇ ਇਲਾਕੇ ਦੀ ਸੰਗਤ ਦਾ ਵੱਡਾ ਸਹਿਯੋਗ ਰਿਹਾ, ਇਸ ਪਰਿਵਾਰ ਨੇ ਆਗੂ ਦੇ ਤੌਰ 'ਤੇ ਸਾਡਾ ਸਾਥ ਦਿੱਤਾ, ਹਮੇਸ਼ਾ ਮੂਹਰੇ ਹੋ ਕੇ ਗੁਰੂ ਘਰ ਦੀ ਸੇਵਾ ਕਰਦੇ ਹੋਏ। ਜੇਕਰ ਅਸੀਂ ਨੇ ਸਵਰਗੀ ਪੰਤਰਸਨ ਜਥੇਦਾਰ ਸ਼੍ਰੀ ਟੋੜਾ ਸਾਹਿਬ ਦੀ ਯਾਦ ਵਿੱਚ ਕੋਈ ਸਮਾਗਮ ਕਰਾਇਆ, ਇਹ ਧਾਰਮਿਕ ਸਮਾਗਮ ਹੈ, ਜਿੱਥੇ ਇਲਾਕੇ ਦਾ ਸਾਥ ਰਿਹਾ, ਪਰਿਵਾਰ ਦਾ ਵੱਡਾ ਸਹਿਯੋਗ ਰਿਹਾ। ਔਰ ਜਦੋਂ ਅਸੀਂ ਟੋੜਾ ਸਾਹਿਬ ਦੀ ਯਾਦ ਵਿੱਚ ਇੱਕ ਕਬੱਡੀ ਕੱਪ ਸ਼ੁਰੂ ਕੀਤਾ, ਤਾਂ ਪਰਿਵਾਰ ਨੇ ਛੋਟਾ ਸਪੁੱਤਰ ਗੁਰਦੀਪ ਸਿੰਘ ਸਾਕਤ ਘੁੰਮਣ ਸਾਨੂੰ ਮੈਂਬਰ ਦੇ ਤੌਰ 'ਤੇ ਦਿੱਤਾ, ਹਰ ਸਾਲ ਸਮਾਨ ਸਾਡੇ ਨਾਲ ਕਰਦਾ ਰਿਹਾ। ਇਸ ਪਰਿਵਾਰ ਦਾ ਜਿੰਨੀ ਮੈਂ ਸਿਫਤ ਕਰਾਂ ਉਨੀ ਥੋੜ੍ਹੀ ਹੈ, ਜ਼ਿਆਦਾ ਕੁਛ ਨਾ ਕਹਿੰਦਾ ਹੋਇਆ। ਜਿੱਥੇ ਮੈਂ ਜਿੱਥੇ ਲੀਡਰ ਸਾਹਿਬਾਨ ਪਹੁੰਚੇ ਨੇ ਬਹੁਤ ਵੱਡੀ ਗਿਣਤੀ ਵਿੱਚ, ਮੈਂ ਉਹਨਾਂ ਤੋਂ ਮਾਫ਼ੀ ਵੀ ਚਾਹੁੰਦਾ, ਕਿਉਂਕਿ ਪਰਿਵਾਰ ਨੇ ਫੈਸਲਾ ਕੀਤਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ ਪ੍ਰਕਾਸ਼ ਨੇ, ਉਹ ਅਖੰਡ ਪਾਠ ਦਾ ਪ੍ਰਕਾਸ਼ ਹੁੰਦੇ ਆਪਾਂ ਕੋਈ ਜਨਾਜੇ ਗੱਲਾਂ ਨੂੰ ਗੁਰੇਜ ਕਰਨਾ ਚਾਹੀਦਾ, ਆਪਾਂ ਨਹੀਂ ਕਰ ਸਕਦੇ। ਗੁਰੂ ਦੀ ਸਤਿਕਾਰ ਵਜੋਂ ਪਰਿਵਾਰ ਨੇ ਇਸ ਨੂੰ ਸੀਮਤ ਕੀਤਾ ਹੈ ਕਿ ਸ਼ਰਧਾਂਜਲੀ ਸਮਾਗਮ, ਨਹੀਂ ਤਾਂ ਸਾਰੇ ਸਤਿਕਾਰ ਜੋ ਕਿ ਇਹ ਨਾਨਕਾ ਸਾਹਿਬ ਨੇ, ਜੇ ਸ਼ਾਹਪੁਰ ਚਾਰ ਨੇ, ਇਹ ਸ਼੍ਰੀ ਯੁਵਰਾਜ ਜੀ ਕੁਦਰ ਸਪੁੱਤਰ ਨੇ, ਕਿ ਸ਼੍ਰੀ ਦੇਵ ਮਾਨ ਜੀ ਬੈਠੇ ਆ ਆਸ ਤੋਂ ਆਏ ਨੇ, ਕਿ ਸੇਠ ਹਰੀਕ੍ਰਿਤੀ ਕਾਂਗਸ ਵੱਲੋਂ ਆਏ ਨੇ, ਹੋਰ ਬਾਕੀ ਥਾਵਾਂ ਤੋਂ ਸੰਗਤ ਆਈ ਹੈ, ਪਰਿਵਾਰ ਨੇ ਗੁਰੂ ਦੇ ਸਤਿਕਾਰ ਨੂੰ ਕਰਾ ਕੇ ਸੀਮਿਤ ਕਰਨ ਦਾ ਫੈਸਲਾ ਕੀਤਾ ਹੈ। ਮੈਂ ਅੱਗੇ ਵੀ ਪ੍ਰਬੰਧਕ ਨੂੰ ਬੇਨਤੀ ਕੀਤੀ ਹੈ, ਦੁਬਾਰਾ ਫਿਰ ਸਿੰਘ ਨੂੰ ਬੇਨਤੀ ਕਰਦਾ ਕਿ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਨੂੰ ਕਿਰਪਾ ਕਰਿਆ ਕਰੋ, ਜਾਂ ਤਾਂ ਤੁਹਾਨੂੰ ਮੈਂ ਬੇਨਤੀ ਕਰਦਾ ਵੀ ਜੇਕਰ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਖੰਡਪੜ ਦਾ ਪ੍ਰਕਾਸ਼ ਹੁੰਦਾ ਹੈ, ਇੱਥੇ ਸਮਾਗਮ ਨਾ ਕਰਵਾਇਆ। ਸਮਾਗਮ ਕਰਵਾਉਣੇ ਜਿਹੜੇ ਗੁਰੂ ਘਰ ਦੇ ਸਾਡੇ, ਤੁਸੀਂ ਗੁਰੂਆ ਸਾਹਿਬ ਵਿੱਚ ਖੰਡਪੜ ਦਾ ਪ੍ਰਕਾਸ਼ ਕਰ ਸਕਦੇ ਹੋ ਜਾਂ ਕੋਈ ਹੋਰ ਕਮਰਾ ਬਣਾ ਲਿਓ। ਸਾਡਾ ਫਰਜ਼ ਬਣਦਾ ਸੱਚੇ ਪਾਤਸ਼ਾਹ ਸਤਿਕਾਰ ਪਹਿਲਾਂ ਰੱਖੀਏ। ਜ਼ਰੂਰ ਮੈਂ ਗੁਸਾਖੀ ਕਰ ਲੱਗਿਆ, ਪਰ ਮੇਰਾ ਫਰਜ਼ ਹੈ ਤੁਹਾਨੂੰ ਰੋਕਣਾ। ਇਸ ਵਾਰ ਤੁਸੀਂ ਧਿਆਨ ਰੱਖਿਆ ਕਰੋ, ਮੈਨੂੰ ਦੱਸਿਆ ਗਿਆ ਕਿ ਇੱਥੇ ਦੀਵਾਨ ਹਾਂ ਦੀ ਤਿਆਰੀ ਹੋ ਰਹੀ ਹੈ ਜਲਦੀ ਬੰਦ, ਪਰ ਕਿਰਪਾ ਕਰਕੇ ਆਪਣੇ ਕੋਲ ਡੂੰਘੇ ਹੈਗੇ, ਕਾਂਦੇ ਹੈਗੇ, ਸ਼੍ਰੀ ਕਮਲ ਸਾਹਿਬ ਉੱਥੇ ਪ੍ਰਕਾਸ਼ ਕਰ ਸਕਦੇ ਹਾਂ। ਦੀਵਾਨ ਕੀਰਤਨ ਮੇਰਾ ਪਰ ਇੱਥੇ ਕਰ ਦਿੰਦੇ, ਦੀਵਾਨ ਹਾਂ ਵੀ ਇੱਥੇ ਹੁੰਦਾ ਆਪਾਂ ਤਿਆਰ ਹੁੰਦਾ ਹੈਗਾ। ਔਰ ਪਰਿਵਾਰ ਦੇ ਬੜੇ ਨਜ਼ਦੀਕੀ ਤਾਂ ਹਰਿੰਦਰ ਸਿੰਘ ਜੀ ਵਿਰਸਾ ਐਸ ਪੀ ਡੀ ਪਟਿਆਲਾ ਬੈਠੇ ਨੇ, ਬੜੇ ਸਤਿਕਾਰ ਜੋ ਨੇ ਉਹਨਾਂ ਦਾ ਪਰਿਵਾਰ, ਉਹ ਪਰਿਵਾਰ ਹੈ ਤੁਹਾਡਾ ਸਮੁੱਚੀ ਸਾਹ ਸਿੰਘ ਦਾ, ਉਹਨਾਂ ਕੋਲ ਪਰਿਵਾਰ ਜੇਕਰ ਨੌ ਦੇ ਕੇ ਤੁਹਾਡਾ ਪਰਿਵਾਰ ਕਰਨਾ ਸ਼ੁਰੂ ਕਰਦੇ, ਬੜੀ ਨਵੀਂ ਡਿਸਟੈਕ ਕਾਫੀ ਨੌ ਰਹਿ ਜਾਣਗੇ। ਪਰਿਵਾਰ ਵਾਸਤੇ ਤੁਸੀਂ ਸਾਰੇ ਸਤਿਕਾਰ ਦੇਵੋ। ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸਰਬ ਪ੍ਰਧਾਨ ਸਾਹਿਬਾਨ ਬੈਠੇ ਨੇ, ਸਾਬਕਾ ਚੇਅਰਮੈਨ ਸਾਹਿਬ ਬੈਠੇ ਨੇ, ਕੁੱਕਰੂ ਵੱਟਿਆਂ ਵਾਲੇ ਆਗੂ ਸਾਹਿਬ ਬੈਠੇ ਨੇ, ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਖੂਬ ਧੰਨਵਾਦ ਹੈ। ਪਰਿਵਾਰ ਵੱਲੋਂ ਸਤਿਕਾਰ ਸਾਂਝੀ ਬੇਨਤੀ ਹੈ ਤੁਹਾਡੇ ਜਾਣੇ ਦੀ। ਹੁਣ ਗੁਰੂ ਕੀ ਦੇਗ ਵਰਤੇਗੀ, ਉਪਰੰਤ ਗੁਰੂ ਘਰ ਲੰਗਰ ਤਿਆਰ ਹੈ, ਜਿਸ ਮੇਰੇ ਵੀਰੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਨਾ ਕਰਨੀ, ਚਾਹਦਾ ਲੰਗਰ ਛਕ ਕੇ ਜਾਣ ਦੀ ਕਿਰਪਾਲਨਾ ਕਰਨੀ। ਔਰ ਪਰਿਵਾਰ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੁੰਦੇ, ਮੈਂ ਬਾਪੂ ਕਰਨੈਲ ਸਿੰਘ ਦੀ ਯਾਦ ਦੇ ਵਿੱਚ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਆਲੀਸ਼ਾਨ ਜਲੂਆ ਸਾਹਿਬ ਜੋ ਕਿ ਡੇਢ ਲੱਖ ਦੀ ਕੀਮਤ ਦਾ ਹੋਊਗਾ, ਗੁਰਦੁਆਰਾ ਸਾਹਿਬ ਅਲੀਪੁਰ ਬਾਗ 'ਤੇ ਭੇਜੂਗਾ। ਔਰ ਨਾਲ ਹੀ ਮੈਂ ਪਰਿਵਾਰ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋ, ਕਿੱਥੇ ਰਹੋ ਪਰਿਵਾਰ 'ਚ ਏਕਾ ਰੱਖੋ, ਤੁਸੀਂ ਭਰਾਵੋ ਜੇ ਇੱਕ ਗਲਤ ਹੈ ਤੂੰ ਗਲਤ ਹੈ, ਤੂੰ ਵੱਡੇ ਦਾ ਕਹਿਣਾ ਮੰਨ ਕਹਿਣ ਦੀ ਹਿੰਮਤ ਰੱਖਦੇ। ਲੇਕਿਨ ਇਹ ਵੀ ਦੁੱਖ ਦੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਅੰਦਰ
समय की दौड़ है साढ़े को समय रहा सतू सत कह समझौते करने शुरू कर दिए जिंदगी के लिए इंसान ये कह लगा मैं की लैना मैं क्यों की ये फलाने का हों पे जेकर समाज अपनी ड्यूटी सही नमा इन बजुर्गों के लिखिया हुई सज्ञावान से आप तकड़े होकर पहरा देंगे तो मैं महसूस करता कि पंजाब की जवानी उस पास ना उठी जिस पास जा रही है ये चिंता का विषय है। दूजी बेनती मेरी यह है कि साडा घूमन प्रवाह साढ़े इलाके का मेरी पार्टी का सब तो सत्कार प्रवाह इस इलाके ये सत्कार जो राजा नरेंद्र सिंह जी ने सेवा की घूमन प्रवाह आगू परिवार के तौर पर निकले यह सरदार भगवान सिंह जी शाबर मैं रूमी तो इलेक्शन लड़े घूमन परिवार ने आगू के तौर पर उन्होंने इतने अगवाई की इस तो सरदार बैठे साढ़े हल्का फतेहगढ़ साहब उत्सव के चार साहब मक्खन सिंह जी लालका इन्होंने सेवा की परिवार ने अगे अगे कर Thank you.
वार वार
ਜਾਇ ਲਖਵਰੀਆ ਦਿਓ ਸੰਤਨ ਕੀ ਧੂੜਾ ਜੀਉ ਤੂੰ ਦਾਤੇ ਤੁਮ ਗੁਰ ਵਿਵੇਦਾਤੇ ਤੂੰ ਸੁਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬੋਲ ਵਿੱਚ ਅੱਜ ਬਹੁਤ ਸੋਗਮਈ ਸਮੇਂ 'ਤੇ ਸੋਗਵਾਸੀ ਬਾਪੂ ਕਲਿਆਣ ਸਿੰਘ ਜੀ ਘੁੰਮਣ ਦੀ ਜਿਹਦੀ ਅੰਤਮ ਅਰਦਾਸ ਇਕੱਤਰ ਹੋਈ ਸਮੁੱਚੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰਨਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸਰਦਾਰ ਕਲਿਆਣ ਸਿੰਘ ਜੀ ਘੁੰਮਣ ਜੀ ਆਪਾਂ ਨੂੰ ਸਭ ਨੂੰ 25 ਜੁਲਾਈ 2018 ਨੂੰ ਸਦੀਵੀ ਵਿਛੋੜਾ ਦੇ ਗਿਆ ਪਰਮਾਤਮਾ ਬਾਪੂ ਜੀ ਦਾ ਬਹੁਤ ਹੀ ਵੱਡਾ ਪਰਿਵਾਰ ਹੈ ਬਾਪੂ ਜੀ ਦੇ ਸਪੁੱਤਰ ਸਰਦਾਰ ਸ਼ੀਸ਼ਾ ਸਿੰਘ ਜੀ ਘੁੰਮਣ ਸਰਦਾਰ ਮਨਜੀਤ ਸਿੰਘ ਜੀ ਘੁੰਮਣ ਜੋ ਕਿ 2 ਵਾਰ ਸਾਡੇ ਸਹਿਕਾਰੀ ਸਭਾ ਛਿੰਟਾਵਾਲਾ ਦੇ ਪ੍ਰਧਾਨ ਮਨ ਕਮੇਟੀ ਨਾਭਾ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਅਹੁਦਿਆਂ ਦੇ ਸੇਵਾ ਭਾਰ ਪਿਆ ਬਾਪੂ ਜੀ ਦੇ ਪੁੱਤਰ ਸਰਦਾਰ ਮਨੋਜ ਸਿੰਘ ਜੀ ਜੋ ਕਿ ਆਪਣਾ ਬਹੁਤ ਕਾਰੋਬਾਰ ਬਹੁਤ ਸਫਲ ਤਰੀਕੇ ਨਾਲ ਚਲਾ ਰਿਹਾ ਬਾਪੂ ਜੀ ਦੇ ਚੌਥੇ ਸਪੁੱਤਰ ਸਰਦਾਰ ਅਮਰੀਕ ਸਿੰਘ ਜੀ ਘੁੰਮਣ ਜੋ ਕਿ ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਾਪੂ ਜੀ ਦੇ ਅੰਨੇ ਸਪੁੱਤਰ ਸਰਦਾਰ ਗੁਰਦੀਪ ਸਿੰਘ ਜੀ ਘੁੰਮਣ ਜੋ ਕਿ ਸਰਕਲ ਰਾਵਾ ਦੇ ਜੁਗਾਰਜ ਦੇ ਪ੍ਰਧਾਨ ਰਹਿ ਚੁੱਕੇ ਹਨ ਬਾਪੂ ਜੀ ਦੀਆਂ 4 ਸਪੁੱਤਰੀਆਂ ਗੁਰਮੀਤ ਕੌਰ ਕੁਲਦੀਪ ਕੌਰ ਚਰਨਜੀਤ ਕੌਰ ਅਤੇ ਰਾਜਿੰਦਰ ਕੌਰ ਜੋ ਕਿ ਆਪਣੇ ਹਰੇ ਭਰੇ ਪਰਿਵਾਰਾਂ ਨਾਲ ਪਰਿਵਾਰ ਚਲਾ ਰਹੇ ਹਨ ਮੇਰਾ ਕਹਿਣ ਤੋਂ ਭਾਵ ਹੈ ਕਿ ਇਸ ਪਰਿਵਾਰ ਨੇ ਆਪਣੀ ਮਿਹਨਤ ਮੁਸ਼ਕਤ ਨਾਲ ਸਾਡੇ ਇਲਾਕੇ ਵਿੱਚ ਆਪ ਪੱਖ ਤੋਂ ਵੀ ਧਾਰਮਿਕ ਪੱਖ ਤੋਂ ਵੀ ਸਮਾਜਿਕ ਪੱਖ ਤੋਂ ਵੀ ਅਤੇ ਰਾਜਨੀਤਿਕ ਪੱਖ ਤੋਂ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਉਹਦਾ ਕਾਰਨ ਹੈ ਕਿ ਬਾਪੂ ਜੀ ਵੱਲੋਂ ਦਿੱਤੀਆਂ ਸੰਸਕਾਰ ਜਿਸ ਨਾਲ ਇਸ ਪਰਿਵਾਰ ਦੇ ਅੰਦਰ ਨਿਮਰਤਾ ਅਤੇ ਆਪਣਾ ਮਨ ਟੁੱਟ ਕੇ ਭਰਿਆ ਹੋਇਆ ਹੈ ਜਿਸ ਤੋਂ ਇਹ ਸਭ ਬਾਪੂ ਜੀ ਦੇ ਅੰਦਰ ਸੰਸਕਾਰ ਕੀਤੀ ਹੈ ਕਿ ਪਰਿਵਾਰ ਹਰ ਖੇਤਰ ਵਿੱਚ ਬਲਦੀਆਂ ਸ਼ੁਰੂ ਹੈ ਬਾਪੂ ਜੀ ਦੇ ਪੁੱਤਰ ਸੁਰਿੰਦਰ ਸਿੰਘ ਅਰਵਿੰਦਰ ਸਿੰਘ ਅਮਨਦੀਪ ਸਿੰਘ ਪ੍ਰੋਫੈਸਰ ਸਾਹਿਬ ਜੋ ਕਿ ਮਜ਼ਬੂਤ ਸਾਹਿਬ ਸੇਵਾ ਭਾਰ ਰਹੇ ਨੇ ਡਾਕਟਰ ਕੁਲਵੀਰ ਸਿੰਘ ਅਤੇ ਆਪਣੀ ਫਤਿਹ ਰਾਜਕ ਵੱਖ ਵੱਖ ਪਾਰਟੀਆਂ ਤੋਂ ਚਾਹੇ ਅਕਾਲੀ ਦਲ ਹੈ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਚਾਹੇ ਬਹੁਜਨ ਸਮਾਜ ਪਾਰਟੀ ਹੈ ਪਿੰਡਾਂ ਦੇ ਸਰਪੰਚ ਪੰਚ ਸਾਹਿਬ ਲੋਕ ਸਮਿਤੀ ਮੈਂਬਰ ਸਾਹਿਬ ਕਾਂਗਰਸ ਸਰਕਾਰ ਦੇ ਬਹੁਤ ਵੱਡੀ ਗਿਣਤੀ ਪਹੁੰਚੇ ਹੋ ਤੁਹਾਨੂੰ ਸਾਹਿਬ ਜੀ ਹੈ ਅਤੇ ਤੁਸੀਂ ਮਾਫ ਕਰੋਗੇ ਪਰਿਵਾਰ ਨਾਲ ਸਭ ਤੋਂ ਪਹਿਲਾਂ ਖਾਲਸੇ ਵੱਲੋਂ ਬਾਬਾ ਜੀ ਬਾਬਾ ਗੁਰਜੀਤ ਸਿੰਘ ਜੀ ਘਰ ਆ ਕੇ ਡੈਡੀ ਤੋਂ ਬਣਾ ਕੇ ਗਏ ਨੇ ਪਰਮਾਤਮਾ ਜਦ ਸਵਰਗਾ ਸੀ ਹਮ ਸ਼ਹੀਦ ਦੇ ਹਮ ਸ਼ਤ ਸਿੰਘ ਭਗਵਾਨ ਜੀ ਦੇ ਸਪੁੱਤਰ ਪਿਆਰ ਹੈ ਉਹ ਵੀ ਆ ਕੇ ਪਰਿਵਾਰ ਨਾਲ ਦੁੱਖ ਬਣਾ ਕੇ ਗਏ ਨੇ ਜਹਦਾ ਨਾਮ ਸਿੰਘ ਜੀ ਅਜੀਤਗੜ੍ਹ ਮੈਂਬਰ ਐਸ ਜੀ ਪੀ ਸੀ ਸਰਕਲ ਪ੍ਰਧਾਨ ਨੇ ਭਾਸੂ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਮਨਜੀਤ ਸਿੰਘ ਜੀ ਕੋਲ ਮੈਂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਧਰਮ ਸਿੰਘ ਜੀ ਧਰਮ ਜੀ ਚੇਅਰਮੈਨ ਆਪਾਂ ਜ਼ਿਕਰ ਕਰਦੇ ਆਗੂ ਉਹ ਸਾਡੇ ਵਿੱਚ ਵਿਰਾਜਮਾਨ ਨੇ ਸਾਡੇ ਵਿੱਚ ਸਰਦਾਰ ਹਰਵਿੰਦਰ ਸਿੰਘ ਜੀ ਪ੍ਰੈਸ ਵੱਲੋਂ ਚੜ੍ਹਦੀ ਕਲਾ ਪ੍ਰੈਸ ਤੋਂ ਅਤੇ ਅਜੀਤ ਪ੍ਰੈਸ ਤੋਂ ਪੱਤਰਕਾਰ ਜਗਮਨ ਸਮਾਨ ਸੁਰਿੰਦਰ ਸਿੰਘ ਸਾਈ ਸੰਧੂ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੀ ਰੱਖੜਾ ਜਿਨ੍ਹਾਂ ਦਾ ਪਰਿਵਾਰ ਲੈ ਆਏ ਨੇ ਅਤੇ ਸਰਦਾਰ ਜਗਤਾਰ ਸਿੰਘ ਆਦਲਾ ਜੋ ਕਿ ਆਮ ਆਦਮੀ ਪਾਰਟੀ ਸਿੰਘ ਧਾਰਕ ਨੇ ਉਹਨਾਂ ਸੋਚਣ ਦੇ ਪ੍ਰੋਫੈਸਰ ਅਮਨਦੀਪ ਸਿੰਘ ਜੀ ਜੋ ਕਿ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੇ ਪ੍ਰੋਫੈਸਰ ਨੇ ਉੱਥੋਂ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਸਮੁੱਚੇ ਸਟਾਫ
ਸੋ ਸੰਦੇਸ਼ ਆਇਆ ਧੰਨਵਾਦ ਪ੍ਰਮਾਤਮਾ ਸਰਦਾਰ ਭਗਵੰਤ ਸਿੰਘ ਜੀ ਮਾਪੂ ਜੋ ਕਿ ਆਪ ਦੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਵਿਸ਼ਵਕਰਮਾ ਵਿਲੋ ਸੋਸਾਇਟੀ ਵੱਲੋਂ ਉਹ ਵੀ ਸੋ ਸੰਦੇਸ਼ ਲੈ ਕੇ ਆਏ ਨੇ ਉਹਨਾਂ ਦਾ ਵੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਾਡੇ ਦਰਮਿਆਨ ਬਹੁਤ ਹੀ ਸੀਨੀਅਰ ਸ਼ਖਸੀਅਤਾਂ ਬੈਠੀਆਂ ਨੇ ਜਿਨ੍ਹਾਂ 'ਚ ਸਰਦਾਰ ਗੁਰਪ੍ਰੀਤ ਸਿੰਘ ਜੀ ਸ਼ਾਹਪੁਰ ਜੋ ਕਿ ਜਥੇਬੰਦ ਸਕੱਤਰ ਨੇ ਚੋਣੀ ਅਕਾਲੀ ਦਲ ਦੇ ਸਾਡੇ ਪ੍ਰਮੁੱਖ ਆਗੂ ਜਥੇਦਾਰ ਬਲਵੰਤ ਸਿੰਘ ਸ਼ਾਹਪੁਰ ਦੇ ਪੁੱਤ ਸਪੁੱਤਰ ਨੇ ਉਹ ਵੀ ਪਹੁੰਚੇ ਨੇ ਸ੍ਰੀ ਕਬੀਰਦਾਸ ਜੀ ਜੋ ਹਲਕਾ ਚਾਰ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਬੇਟੇ ਜੁਰਾਜ ਸਿੰਘ ਜੀ ਵੀ ਪਹੁੰਚੇ ਨੇ ਸਾਡੇ ਦਰਮਿਆਨ ਸਰਦਾਰ ਮੱਖਣ ਸਿੰਘ ਜੀ ਲਾਲਕਾ ਜੋ ਕਿ ਪਿਛਲੇ ਸਮੇਂ ਤੋਂ ਨਾ ਭਾਰਤ ਦੇ ਹਲਕਾ ਚਾਰ ਰਹੇ ਨੇ ਉਹ ਵੀ ਪਹੁੰਚੇ ਨੇ ਇਹਨਾਂ ਦੇ ਪਰਿਵਾਰ ਵੱਲੋਂ ਹੁਕਮ ਹੋਏ ਹੁਕਮ ਅਨੁਸਾਰ ਸਰਦਾਰ ਸੁਖਵਿੰਦਰ ਸਿੰਘ ਜੀ ਗੌੜਾ ਜੋ ਕਿ ਪਰਿਵਾਰ ਦੇ ਬਹੁਤ ਨਜ਼ਦੀਕੀ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਸਰਦਾਰ ਸੁਖਵਿੰਦਰ ਸਿੰਘ ਜੀ ਗੌੜਾ ਸਾਹਿਬ ਬਾਪੂ ਕਰਨੈਲ ਸਿੰਘ ਜੀ ਘੁੰਮਣ ਦੀ ਅੰਤਮ ਦਾਲ ਸ਼ਾਮ ਹੋਏ ਪਾਤਸ਼ਾਹੀ ਬਾਬੂ ਨੂੰ ਜ਼ਿੰਦਗੀ ਔਰ ਮੌਤ ਵਾਹਿਗੁਰੂ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਜੋ ਕੁਛ ਹੁੰਦਾ ਵਾਹਿਗੁਰੂ ਦੇ ਪਾਣੀ ਵਿੱਚ ਹੀ ਸਾਡੇ ਸਤਿਕਾਰ ਜੋ ਜੋ ਬਾਪੂ ਕਰਨੈਲ ਸਿੰਘ ਜੀ ਮੇਰੀ ਜਾਣਕਾਰੀ ਅਨੁਸਾਰ 94 ਸਾਲ ਦੀ ਲੰਬੀ ਉਮਰ ਹੋ ਕੇ ਸੰਸਾਰ ਹੋ ਗਿਆ ਬੇਸ਼ੱਕ ਉਮਰ ਬੜੀ ਵਧੀਆ ਹੋ ਗਈ ਹੈ ਬੜਾ ਵਧੀਆ ਜੀਵਨ ਜੀਤ ਕੀਤਾ ਪਰ ਫਿਰ ਵੀ ਸਾਡੀਆਂ ਜਿੰਨੀਆਂ ਜਿੰਨੀਆਂ ਯਾਦਾਂ ਜਿੰਨੀਆਂ ਜਿੰਨੀਆਂ ਸਾਂਝਾਂ ਜਾਣ ਵਾਲੇ ਪੁਰਾਣੇ ਨਾਲ ਹੁੰਦੀਆਂ ਹਨ ਉਹਨਾਂ ਉਹਨਾਂ ਮਨ 'ਚ ਵਿਰਾਗ ਦਾ ਪੈਦਾ ਹੁੰਦਾ ਹੀ ਬਾਪੂ ਕਰਨੈਲ ਸਿੰਘ ਨੇ ਬੜਾ ਵਧੀਆ ਸਾਫ਼ ਸਿੱਖਣਾ ਗੁਰੂ ਨੂੰ ਸਮਰਪਿਤ ਮਿਹਨਤ ਦਾ ਜੀਵਨ ਬਤੀਤ ਉਹਨਾਂ ਦੇ 5 ਸਪੁੱਤਰ ਵੀਰ ਸ਼ੀਸ਼ਾ ਸਿੰਘ ਜੀ ਵੀਰ ਮਨਜੀਤ ਸਿੰਘ ਜੀ ਵੀਰ ਗੁਰੂਪ ਸਿੰਘ ਜੀ ਵੀਰ ਅਮਰੀਕ ਸਿੰਘ ਜੀ ਸਾਡਾ ਛੋਟਾ ਵੀਰ ਗੁਰਦੀਪ ਸਿੰਘ ਇਹਨਾਂ 5 ਭਰਾਵਾਂ ਨੇ ਜੋ ਬਜ਼ੁਰਗ ਤੋਂ ਸਿੱਖਿਆ ਲਈ ਸੀ ਉਹਦੇ ਨਾਲ ਸਮਾਜ ਬੜਾ ਵੱਡਾ ਨਾਮ ਬਣਾਇਆ ਬਜ਼ੁਰਗਾਂ ਦੀਆਂ 4 ਧੀਆਂ ਵਧੀਆ ਪਰਿਵਾਰ 'ਚ ਆਈਆਂ ਹੋਈਆਂ ਨੇ ਔਰ ਬੜੇ ਨਾਮੀ ਪਰਿਵਾਰ ਨੇ ਵਧੀਆ ਜ਼ਿੰਦਗੀ ਬਸਰ ਕਰਦੀ ਹੈ ਸਤਿਕਾਰ ਗੁਰੂ ਸਾਹਿਬ ਸਿੰਘ ਜੀ ਮੇਰੀ ਜਾਤੀ ਤੌਰ 'ਤੇ ਰਹੇ ਹੈ ਜਿਹੜੇ ਵਿਅਕਤੀ ਲੰਬੀ ਉਮਰ ਭੋਗਦੇ ਨੇ ਉਹਦੇ 2 ਕਾਰਨ ਜਿਹੜਾ ਗੁਰੂ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਉਸ ਵਿਅਕਤੀ ਉੱਪਰ ਲੰਬੀ ਉਮਰ ਦਾ ਭੋਗਦਾ ਹੈ ਦੂਜਾ ਕਾਰਨ ਹੁੰਦਾ ਹੈ ਜਿਸ ਉਹਦੀ ਆਗਿਆ ਵਿੱਚ ਰਹਿ ਕੇ ਉਹਨਾਂ ਨੇ ਪਰਿਵਾਰ ਦਾ ਨਾਂ ਬੜਾ ਵੱਡਾ ਕੀਤਾ ਹੈ ਪਰ ਉਸ ਬਜ਼ੁਰਗ ਦੀ ਯਾਦ ਵਿੱਚ ਇਕੱਤਰ ਹੋਇਆ ਜਿਨ੍ਹਾਂ ਬਜ਼ੁਰਗਾਂ ਨੇ ਸਿੱਖੀ ਦੀ ਖਾਤਰ ਬਹੁਤ ਮਹਿਲ ਛੱਡੇ ਇੱਕੋ ਕੰਮ ਪਰਿਵਾਰਾਂ ਦੇ ਜੀ ਆਪਣੇ ਬੱਚੇ ਦੀ ਵੱਡੀਆਂ ਕੁਰਬਾਨੀਆਂ ਇਹਨਾਂ ਪਰਿਵਾਰ ਪਰ ਮੈਨੂੰ ਇੱਕ ਗਿਆਨ ਦੀ ਧਰਤੀ ਦੇ ਨਿਗਾਹ ਮਾਰਦੀ ਸੀ ਕਿ ਅੱਜ ਦਾ ਨੌਜਵਾਨ ਕਿਹੜੇ ਪਾਸੇ ਜਾ ਰਿਹਾ ਇਹਨਾਂ ਨੇ ਮਨ ਨੂੰ ਕਿੰਨੀ ਬਣੀ ਹੁੰਦੀ ਸੀ ਕਿ ਦਸਮ ਪਾਤਸ਼ਾਹ ਦੀ ਸਿੱਖੀ ਇਹ ਸਿੱਖੀ ਦੀ ਖਾਤਰ ਇਹਨਾਂ ਵੱਡਿਆਂ ਵਡੇਰਿਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਬੜੀਆਂ ਸ਼ਹਾਦਤਾਂ ਦਿੱਤੀਆਂ ਬੜੇ ਘੱਟ ਕਿਲੇ ਲੇਕਿਨ ਸਿੱਖੀ ਬਾਰੇ ਸੋਚਦੇ ਸੀ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਦੇ ਜਿਸ ਪਾਸੇ ਬੱਚੇ ਜਾ ਰਹੇ ਸਾਰੇ ਇਲਾਕੇ ਦੇ ਸਮਾਜ ਦੇ ਜੁਲਮਾਂ ਸੱਜੇ ਵਿੱਚ ਆਏ ਤੁਸੀਂ ਸਾਰੇ ਆਪਣੇ ਪਰਿਵਾਰ ਦੀ ਗਿਣਤੀ 'ਤੇ ਇੱਥੇ ਪਹੁੰਚਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਜੋ ਘੁੰਮਣ ਪਰਿਵਾਰ ਨੇ ਗੁਲਾਮ ਸਾਹਿਬ ਸੇਵਾ ਕੀਤੀ ਹੈ ਅਤੇ ਇਹ ਪਾਰਟੀ ਅਤੇ ਸਮਾਜ ਦੀ ਸਮਾਜ ਨੂੰ ਪ੍ਰਵਾਨ ਕਰਦਾ ਹੈ ਉਤਲੀ ਘੜੀ ਸਮਾਜ ਪਰਿਵਾਰ ਦੇ ਨਾਲ ਖੜ੍ਹਾ ਸਤਿਕਾਰ ਗੁਰੂ ਸਾਹਿਬ ਸਿੰਘ ਜੀ ਪੰਜਾਬ ਦਾ ਵਿਸ਼ਾ ਸਾਡੇ ਉੱਤੇ ਖਾਂਦਾ ਸੀ ਜਦੋਂ ਮਾਪੂ ਕਨੈਕਟ ਸਿੰਘ ਵਰਗੇ ਬਜ਼ੁਰਗ ਵਿਛੜਦੇ ਨੇ ਦੂਸਰਾ ਚਿੰਤਾ ਦਾ ਵਿਸ਼ਾ ਇਹ ਹੈ ਇਹ ਬਜ਼ੁਰਗ ਸਾਡੇ ਉਹ ਸੀ ਜਿਹੜੇ ਸਮਾਜ ਨੂੰ ਸਹੀ ਰਾਸਤਾ ਇਕੱਠੇ ਰਹੋ ਪਰਿਵਾਰ ਵਿੱਚ ਏਕਾ ਰੱਖੋ ਤੁਸੀਂ ਭਰਾਵੋ ਜੇ ਇੱਕ ਗਲਤ ਹੈ ਤੂੰ ਗਲਤ ਹੈ ਤੂੰ ਵੱਡੇ ਦਾ ਕਹਿਣਾ ਮਨ ਕਹਿਣ ਦੀ ਹਿੰਮਤ ਰੱਖਦੇ ਲੇਕਿਨ ਇਹ ਵੀ ਦੁੱਖ ਦੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਅੰਦਰ ਸਮੇਂ ਦੀ ਦੌੜ ਹੈ ਸਾਡੇ ਕੋਲ ਸਮਾਂ ਰਿਹਾ ਸੱਚ ਨੂੰ ਸੱਚ ਕਹਿਣ ਦਾ ਅਸੀਂ ਸਮਝੌਤੇ ਕਰਨੇ ਸ਼ੁਰੂ ਕਰ ਦਿੱਤੇ ਜ਼ਿੰਦਗੀ ਦੇ ਇਨਸਾਨ ਇਹ ਕਹਿਣ ਲੱਗਾ ਮੈਂ ਕੀ ਲੈਣਾ ਮੈਨੂੰ ਕੀ ਇਹ ਫਲਾਣੇ ਦਾ ਹੁੰਦਾ ਪਿਆ ਜੇਕਰ ਸਮਾਜ ਆਪਣੀ ਟੁੱਟੀ ਸਹੀ ਨਵਾਉਂਦਾ ਇਹਨਾਂ ਬਜ਼ੁਰਗਾਂ ਦੇ ਲਿਖੀਆਂ ਹੋਈਆਂ ਸਕੈਮਾਂ 'ਚ ਆਪਾਂ ਤਗੜੇ ਉੱਤੇ ਪਹਿਰਾ ਦਿੰਦੇ ਤਾਂ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੀ ਜਵਾਨੀ ਉਸ ਪਾਸੇ ਨਾ ਤੁਰਦੀ ਜਿਸ ਪਾਸੇ ਜਾ ਰਹੀ ਹੈ
ਇਹ ਚਿੰਤਾ ਦਾ ਵਿਸ਼ਾ ਹੋਏਗਾ। ਦੂਜੀ ਬੇਨਤੀ ਮੇਰੀ ਇਹ ਹੈ ਕਿ ਸਾਡਾ ਘੁੰਮਣ ਪ੍ਰਵਾਹ, ਸਾਡੇ ਇਲਾਕੇ ਦਾ, ਮੇਰੀ ਪਾਰਟੀ ਦਾ ਸਭ ਤੋਂ ਸਤਿਕਾਰ ਪ੍ਰਵਾਹ ਇਸ ਇਲਾਕੇ ਦੇ ਵਿੱਚ, ਇਹ ਸਤਿਕਾਰ ਜੋ ਰਾਜਾ ਨਰਿੰਦਰ ਸਿੰਘ ਜੀ ਨੇ ਸੇਵਾ ਕੀਤੀ ਘੁੰਮਣ ਪ੍ਰਵਾਹ ਆਗੂ ਪ੍ਰਵਾਹ ਦੇ ਤੌਰ 'ਤੇ ਨਿਕਲਿਆ। ਇਹ ਸਰਦਾਰ ਪ੍ਰਵਾਹ ਸਿੰਘ ਜੀ ਸ਼ਾਹਪੁਰ ਮਹਿਕੂਮੇ ਤੋਂ ਇਲੈਕਸ਼ਨ ਲੜੇ, ਘੁੰਮਣ ਪ੍ਰਵਾਹ ਨੇ ਆਗੂ ਦੇ ਤੌਰ 'ਤੇ ਉਹਨਾਂ ਦੀ ਇੱਥੇ ਅਗਵਾਈ ਕੀਤੀ। ਇਸ ਤੋਂ ਸਰਦਾਰ ਬੈਠੇ ਸਾਡੇ ਹਲਕਾ ਫਤਿਹਗੜ੍ਹ ਸਾਹਿਬ ਉਤਸਵ ਦੇ ਚਾਰ ਸਾਹਿਬ ਮੱਖਣ ਸਿੰਘ ਜੀ ਲਾਲਕਾ, ਇਹਨਾਂ ਨੇ ਸੇਵਾ ਕੀਤੀ, ਪਰਿਵਾਰ ਨੇ ਅੱਗੇ ਹੋ ਕੇ ਅਕਾਲੀ ਦਲ ਦਾ ਝੰਡਾ ਬੁਲੰਦ ਰੱਖਿਆ। ਔਰ ਜੇ ਹੁਣ ਸਾਡੇ ਇਸ ਸੜਕ ਦੇ ਚਾਰ ਸ਼੍ਰੀ ਕਬੀਰਦਾਸ ਜੀ ਉਹਨਾਂ ਦੇ ਸਪੁੱਤਰ ਬੈਠੇ ਹੈ, ਇਹ ਉਹਨਾਂ ਨੇ ਇਲੈਕਸ਼ਨ ਲੜੀ, ਹੁਣ ਸੇਵਾ ਕਰ ਰਹੇ ਨੇ, ਪਰਿਵਾਰ ਨੇ ਅੱਗੇ ਹੋ ਕੇ ਪਾਰਟੀ ਦਾ ਝੰਡਾ ਰੱਖਿਆ, ਬੁਲੰਦ ਰੱਖਿਆ। ਕਦੇ ਇਸ ਕਰਕੇ ਆਸ ਵੀ ਸੀ ਰੱਖੀ ਕਿ ਸਾਨੂੰ ਕੀ ਮਿਲੂਗਾ। ਇਹ ਕਹਿੰਦੇ ਜੇ ਇਹ ਦਸਮ ਪਾਤਸ਼ਾਹ ਦੀ ਕਿਰਪਾ ਹੈ, ਗੁਰੂਪਾ ਜੀ ਨੂੰ ਪ੍ਰਾਪਤ ਹੋਇਆ, ਸਾਡਾ ਸਮਾਜ ਵਾਸਤੇ ਕੁਛ ਨਾ ਕੁਛ ਕਰਨ ਦਾ ਫਰਜ਼ ਬਣਦਾ। ਇਹਨਾਂ ਦੀ ਇੱਕ ਸਿਫਤ ਆ ਪਰਿਵਾਰ ਦੀ, ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਦੇ ਨੇ, ਔਰ ਨਾਲ ਇਹ ਵੀ ਇਹਨਾਂ ਦੀ ਸਿਫਤ ਹੈ ਜਿੱਥੇ ਖੜ੍ਹੇ ਨੇ ਕਦੇ ਜ਼ਿੰਦਗੀ ਦੇ ਉੱਤੇ ਪੈਰ ਪਿੱਛੇ ਨਹੀਂ ਪੁੱਕਿਆ ਇਸ ਪਰਿਵਾਰ ਨੇ। ਮੈਂ ਮਹਿਸੂਸ ਕਰਦਾ ਕਿ ਇਹ ਸਾਰੀ ਕਿਰਪਾ ਬਾਪੂ ਕਰਨੈਲ ਸਿੰਘ ਘੁੰਮਣ ਦੀ ਸੀ, ਜਿਨ੍ਹਾਂ ਨੇ ਪੁੱਤਰਾਂ ਨੂੰ ਸਿੱਖਿਆ ਦਿੱਤੀ, ਪੁੱਤਰਾਂ ਨੇ ਸਿੱਖਿਆ ਗ੍ਰਹਿਣ ਕਰਕੇ ਅੱਗੇ ਵਧੇ। ਸਿਆਣੇ ਕਹਿੰਦੇ ਹੈ ਕਿਸੇ ਬਜ਼ੁਰਗ ਦੇ ਤੁਸੀਂ ਨੇ ਦਰਸ਼ਨ ਕਰਨੇ ਹੋਣ ਤਾਂ ਉਹਦੀ ਹਾਲਾਤ ਵਿੱਚੋਂ ਕੀਤੇ ਜਾ ਸਕਦੇ ਬਜ਼ੁਰਗ ਦੇ ਦਰਸ਼ਨ, ਕਿਉਂਕਿ ਪੁੱਤਰਾਂ ਦੇ ਵਿੱਚੋਂ ਬਜ਼ੁਰਗਾਂ ਦੀ ਸ਼ਖਸੀਅਤ ਦੇ ਚਰਕਾਰੇ ਦੀ ਪ੍ਰਾਪਤੀ ਹੁੰਦੀ ਹੈ। ਮੇਰੇ ਵਾਸਤੇ ਪਰਿਵਾਰ ਬਹੁਤ ਹੀ ਸਤਿਕਾਰਯੋਗ ਘੁੰਮਣ ਪਰਿਵਾਰ, ਅਤੇ ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਇਸ ਪਰਿਵਾਰ ਦੀ ਜਿਹਦੀ ਸਿੱਖ ਕੀਤੀ ਜਾਵੇ। ਕਿਰਪਾ ਕਰਕੇ ਸਾਡੇ ਲਈ ਬਖਸ਼ੀ ਕਰੀ, ਸਾਡੇ ਬੱਚਿਆਂ ਨੂੰ, ਧੀਆਂ ਪੁੱਤਰਾਂ ਨੂੰ ਸਿੱਖੀ ਦੀ ਦਾ ਪ੍ਰਤੀ ਪਰਮਾਤਮਾ ਸਾਨੂੰ ਜਾਂਚ ਸਿਖਾ ਦੇ, ਅਸੀਂ ਸਾਡੇ ਬੱਚਿਆਂ ਨੂੰ ਤੇਰੇ ਨਾਲ ਕਿਵੇਂ ਜੋੜ ਸਕੀਏ, ਇਹ ਵੀ ਸਾਡੇ ਕਿਰਪਾ ਕਰਕੇ ਪਾਤਸ਼ਾਹ ਸਾਨੂੰ ਰਾਹ ਵਿਖਾ ਦੇ, ਇਹ ਵੀ ਗੁਰੂ ਦਾ ਮੰਗਿਆ। ਅਗਲੀ ਬੇਨਤੀ ਇਹ ਹੈ ਜਦੋਂ ਗੁਰੂ ਨੇ ਦਾਤਾਂ ਦਿੱਤੀਆਂ ਨੇ, ਕੋਸ਼ਿਸ਼ ਕਰਿਆ ਕਰੋ ਦਾਤਾਂ ਮਨੁੱਖਤਾ ਦੀ ਸੇਵਾ ਵਾਸਤੇ ਵਰਤੀਆਂ ਜਾਣ, ਜਿੰਨੀ ਤੁਹਾਡੀ ਸਮਰੱਥਾ, ਮੈਂ ਨਹੀਂ ਕਹਿੰਦਾ ਬਹੁਤ ਕਰੋ, ਥੋੜ੍ਹਾ ਕਰੋ, ਬਾਹਲਾ ਕਰੋ, ਕਰਿਆ ਕਰੋ ਇਸ ਪਾਸੇ ਸਤਿਕਾਰ ਦੇ ਅਨੁਸਾਰ ਸਿੰਘ ਜੀ। ਕੋਈ ਵਿਅਕਤੀ ਤਨ ਤੋਂ ਨੰਗਾ ਫਿਰਦਾ ਹੈ, ਉਹਦਾ ਤਨ ਢੱਕ ਦੋਗੇ, ਗੁਰੂ ਦੀ ਸੇਵਾ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ, ਕਿਸੇ ਨੂੰ ਉਹਨਾਂ ਦੀ ਮਦਦ ਜ਼ਰੂਰ ਕਰਦਾ। ਕੋਈ ਵਿਅਕਤੀ ਬਿਮਾਰ ਹੈ, ਇਲਾਜ ਕਰੋ ਨਹੀਂ ਕਰਾ ਸਕਦਾ, ਉਹਦੀ ਜਿੰਨੀ ਤੁਹਾਡੀ ਸਮਰੱਥਾ ਮਦਦ ਕਰਦਾ ਕਰੋ, ਕਿਸੇ ਕੋਈ ਦਵਾਈ ਦਵਾ ਦਿਓ, ਕੋਈ ਜਿੰਨੀ ਤੁਹਾਡੀ ਸਮਰੱਥਾ ਮਦਦ ਕਰਦਾ ਕਰੋ, ਗੁਰੂ ਦੀ ਕਿਰਪਾ, ਗੁਰੂ ਦੇ ਬਖਸ਼ਿਆ ਪ੍ਰਾਪਤ ਕਰੋਗੇ, ਜੇਕਰ ਇਸ ਪਾਸੇ ਆਪਣਾ ਯੋਗਦਾਨ ਪਾਉਂਦੇ। ਕੋਈ ਬੱਚਾ ਚੰਗਾ ਪੜ੍ਹਾਈ ਪੜ੍ਹਦਾ, ਗਰੀਬ ਹੈ, ਫੀਸ ਨਹੀਂ ਭਰ ਸਕਦਾ, ਕੋਸ਼ਿਸ਼ ਕਰਿਆ ਕਰੋ ਕਿਸੇ ਗਰੀਬ ਦੀ ਫੀਸ ਭਰਦਾ ਕਰੋ, ਕਿਸੇ ਨੂੰ ਕਿਤਾਬਾਂ ਲੈ ਜਾਇਆ ਕਰੋ, ਕਿਸੇ ਨੂੰ ਵਰਦੀ ਲੈ ਜਾਇਆ ਕਰੋ, ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ ਨਾਲ ਜਿਹੜੀਆਂ ਤੁਹਾਨੂੰ ਦਾਤਾਂ ਹੁੰਦੀਆਂ ਨੇ, ਕਿਸੇ ਲੋਕਾਂ ਦੀ ਮਦਦ ਕਰੋਗੇ ਤਾਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ, ਕਿਉਂਕਿ ਜੋ ਕੁਛ ਹੈ ਗੁਰੂ ਨੇ ਦਿੱਤਾ, ਆਪਾਂ ਗੁਰੂ ਦੀ ਸਿੰਗਤ ਵਾਸਤੇ ਕੁਛ ਨਾ ਕੁਛ ਪ੍ਰਾਣਾ ਯੋਗ ਕਰ ਦੇਈਏ, ਜਿਵੇਂ ਘੁੰਮਣ ਪਰਿਵਾਰ ਕਰਦਾ। ਅਸੀਂ ਜਦੋਂ ਵੀ ਕੋਈ ਵੀ ਇਸ ਇਲਾਕੇ ਵਿੱਚ ਐਕਟੀਵਿਟੀ ਕਰਦੇ ਹਾਂ, ਕੋਈ ਗਤੀਵਿਧੀ ਕਰਦੇ ਹਾਂ, ਜਿੱਥੇ ਇਸ ਇਲਾਕੇ ਨੇ ਵੱਡਾ ਸਹਿਯੋਗ ਦਿੱਤਾ, ਉੱਥੇ ਘੁੰਮਣ ਪਰਿਵਾਰ ਹਮੇਸ਼ਾ ਮੂਹਰੇ ਹੋ ਕੇ ਸਾਨੂੰ ਕਰਦਾ ਰਹੇ। ਜੇਕਰ ਜੇ ਖੂਨਦਾਨ ਕੈਂਪ ਕੋਈ ਲਾਉਣਾ ਵੱਡੇ ਟੋੜਾ ਸਾਹਿਬ ਦੀ ਯਾਦ ਵਿੱਚ, ਇਸ ਇਲਾਕੇ 'ਚ ਵੱਡੀ ਗਿਣਤੀ ਵਿੱਚ ਆਉਂਦੇ ਨੇ, ਔਰ ਇਸ ਘੁੰਮਣ ਪਰਿਵਾਰ ਨੇ ਅਗਵਾਈ ਦੇ ਤੌਰ 'ਤੇ ਸਾਡਾ ਸਹਿਯੋਗ ਕਰਦਾ ਰਿਹਾ। ਜੇਕਰ ਅਸੀਂ ਬਾਬੇ ਨਾਨਕ ਦੇ ਇਸ ਸਥਾਨ ਤੋਂ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਦੀ ਯਾਦ ਕਿ ਨਗਰ ਕੀਰਤਨ ਹਰ ਸਾਲ ਲੈ ਕੇ ਜਾਂਦੇ ਹਾਂ, ਜਿੱਥੇ ਇਲਾਕੇ ਦੀ ਸੰਗਤ ਦਾ ਵੱਡਾ ਸਹਿਯੋਗ ਰਿਹਾ, ਇਸ ਪਰਿਵਾਰ ਨੇ ਆਗੂ ਦੇ ਤੌਰ 'ਤੇ ਸਾਡਾ ਸਾਥ ਦਿੱਤਾ, ਹਮੇਸ਼ਾ ਮੂਹਰੇ ਹੋ ਕੇ ਗੁਰੂ ਘਰ ਦੀ ਸੇਵਾ ਕਰਦੇ ਹੋਏ। ਜੇਕਰ ਅਸੀਂ ਨੇ ਸਵਰਗੀ ਪਵਿੱਤਰ ਜਥੇਦਾਰ ਸ਼੍ਰੀ ਟੋੜਾ ਸਾਹਿਬ ਦੀ ਯਾਦ ਵਿੱਚ ਕੋਈ ਸਮਾਗਮ ਕਰਾਇਆ, ਇਹ ਧਾਰਮਿਕ ਸਮਾਗਮ ਹੈ ਜਿੱਥੇ ਇਲਾਕੇ ਦਾ ਸਾਥ ਰਿਹਾ, ਪਰਿਵਾਰ ਦਾ ਵੱਡਾ ਸਹਿਯੋਗ ਰਿਹਾ। ਔਰ ਜਦੋਂ ਅਸੀਂ ਟੋੜਾ ਸਾਹਿਬ ਦੀ ਯਾਦ ਵਿੱਚ ਇੱਕ ਕਬੱਡੀ ਕੱਪ ਸ਼ੁਰੂ ਕੀਤਾ, ਤਾਂ ਪਰਿਵਾਰ ਨੇ ਛੋਟਾ ਸਪੁੱਤਰ ਗੁਰਦੀਪ ਸਿੰਘ ਸਾਬਕਾ ਦਲ ਘੁੰਮਣ ਸਾਨੂੰ ਮੈਂਬਰ ਦੇ ਤੌਰ 'ਤੇ ਦਿੱਤਾ, ਹਰ ਸਾਲ ਸਮਾਨ ਸਾਡੇ ਨਾਲ ਖੜ੍ਹਦਾ ਰਿਹਾ ਹੈ। ਇਸ ਪਰਿਵਾਰ ਦਾ ਜਿੰਨੀ ਮੈਂ ਸਿਫਤ ਕਰਾਂ ਉੱਨੀ ਥੋੜ੍ਹੀ ਹੈ, ਜ਼ਿਆਦਾ ਕੁਛ ਨਾ ਕਹਿੰਦਾ ਹੋਇਆ, ਜਿੱਥੇ ਮੈਂ ਜਿੱਥੇ ਲੀਡਰ ਸਾਹਿਬਾਨ ਪਹੁੰਚੇ ਨੇ ਬਹੁਤ ਵੱਡੀ ਗਿਣਤੀ ਵਿੱਚ, ਮੈਂ ਉਹਨਾਂ ਤੋਂ ਮਾਫੀ ਵੀ ਚਾਹੁੰਦਾ, ਕਿਉਂਕਿ ਪਰਿਵਾਰ ਨੇ ਫੈਸਲਾ ਕੀਤਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ ਪ੍ਰਕਾਸ਼ ਨੇ, ਉਹ ਅਖੰਡ ਪਾਠ ਦਾ ਪ੍ਰਕਾਸ਼ ਹੁੰਦੇ ਆਪਾਂ ਕੋਈ ਦਰਿਆਦੇ ਗੱਲਾਂ ਨੂੰ ਗ੍ਰੇਜ ਕਰਨਾ ਚਾਹੀਦਾ, ਆਪਾਂ ਨਹੀਂ ਕਰ ਸਕਦੇ, ਗੁਰੂ ਜੀ ਸਤਿਕਾਰ ਵਜੋਂ ਪਰਿਵਾਰ ਨੇ ਇਸ ਨੂੰ ਸੀਮਤ ਕੀਤਾ ਹੈ ਇਹ ਸ਼ਰਧਾਂਜਲੀ ਸਮਾਗਮ, ਨਹੀਂ ਤਾਂ ਸਾਰੇ ਸਤਿਕਾਰ ਜੋ ਕਿ ਇਹ ਲਾਲਕਾ ਸਾਹਿਬ ਨੇ, ਜੇ ਸ਼ਾਹਪੁਰ ਚਾਰ ਨੇ, ਇਹ ਸ਼੍ਰੀ ਯੁਵਰਾਜ ਜੀ ਕੁਝ ਸਪੁੱਤਰ ਨੇ, ਕਿ ਸ਼੍ਰੀ ਦੇਵ ਮਾਨ ਜੀ ਬੈਠੇ ਆ ਆਪ ਉਹ ਆਏ ਨੇ, ਇਹ ਸੇਠ ਹਰੀਕ੍ਰਿਤ ਜੀ ਕਾਂਗਸ ਵੱਲੋਂ ਆਏ ਨੇ, ਹੋਰ ਬਾਕੀ ਥਾਵਾਂ ਤੋਂ ਸੰਗਤ ਆਈ ਹੈ, ਪਰਿਵਾਰ ਨੇ ਗੁਰੂ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਸੀਮਿਤ ਕਰਨ ਦਾ ਫੈਸਲਾ ਕੀਤਾ ਹੈ। ਮੈਂ ਅੱਗੇ ਵੀ ਪ੍ਰਬੰਧਕ ਨੂੰ ਬੇਨਤੀ ਕੀਤੀ ਹੈ, ਦੁਬਾਰਾ ਫਿਰ ਸਿੰਘ ਨੂੰ ਬੇਨਤੀ ਕਰਦਾ ਕਿ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਕਿਰਪਾ ਕਰਿਆ ਕਰੋ, ਜਾਂ ਤਾਂ ਤੁਹਾਨੂੰ ਮੈਂ ਬੇਨਤੀ ਕਰਦਾ ਵੀ ਜੇਕਰ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਖੰਡ ਪਾਠ ਦਾ ਪ੍ਰਕਾਸ਼ ਹੁੰਦਾ ਹੈ, ਇੱਥੇ ਸਮਾਗਮ ਨਾ ਕਰਵਾਇਆ।
ਸਮਾਗਮ ਕਰਾਉਣੇ ਜਿਹੜੇ ਗੁਰੂ ਘਰ ਦੇ ਸਾਡੇ, ਤੁਸੀਂ ਗੁਰਦੁਆਰਾ ਸਾਹਿਬ ਵਿੱਚ ਖੰਡਵਾੜ ਸਾਹਿਬ ਪ੍ਰਕਾਸ਼ ਕਰ ਸਕਦੇ ਜਾਂ ਕੋਈ ਹੋਰ ਕਮਰਾ ਬਣਾ ਲਿਓ। ਸਾਡਾ ਫਰਜ਼ ਬਣਦਾ ਸੱਚੇ ਪਾਤਸ਼ਾਹ ਸਤਿਕਾਰ ਪਹਿਲਾਂ ਰੱਖੀਏ। ਜ਼ਰੂਰ ਮੈਂ ਗੁਸਾਖੀ ਕਰਨ ਲੱਗਿਆ, ਪਰ ਮੇਰਾ ਫਰਜ਼ ਹੈ ਤੁਹਾਨੂੰ ਰੋਕਣਾ। ਇਸ ਵੱਲ ਤੁਸੀਂ ਧਿਆਨ ਰੱਖਿਆ ਕਰੋ। ਮੈਨੂੰ ਦੱਸਿਆ ਗਿਆ ਕਿ ਇੱਥੇ ਦੀਵਾਨ ਹਾਲ ਦੀ ਤਿਆਰੀ ਹੋ ਰਹੀ ਹੈ ਜਲਦੀ ਬੰਦ, ਪਰ ਕਿਰਪਾ ਕਰਕੇ ਆਪਣੇ ਕੋਲ ਡੂੰਘੇ ਹੈਗੇ, ਕਾਂਦੇ ਹੈਗੇ, ਸ਼੍ਰੀ ਕਰਵਾੜ ਸਾਹਿਬ ਉੱਥੇ ਪ੍ਰਕਾਸ਼ ਕਰ ਸਕਦੇ ਹਾਂ। ਦੀਵਾਨ ਕੀਰਤਨ ਫਿਰ ਆਪਾਂ ਇੱਥੇ ਕਰ ਦਿੰਦੇ ਹਾਂ, ਦੀਵਾਨ ਹਾਲ ਵੀ ਇੱਥੇ ਹੁੰਦਾ ਆਪਾਂ ਤਿਆਰ ਹੁੰਦਾ ਹੈਗਾ। ਔਰ ਪਰਿਵਾਰ ਦੇ ਬੜੇ ਨਜ਼ਦੀਕੀ ਸਾਹਿਬ ਹਰਮਿੰਦਰ ਸਿੰਘ ਜੀ ਵਿਰਸਾ ਐਸ ਪੀ ਡੀ ਪਟਿਆਲਾ ਬੈਠੇ ਨੇ, ਬੜੇ ਸਤਿਕਾਰ ਜੋ ਨੇ, ਉਹਨਾਂ ਦਾ ਪਰਿਵਾਰ ਤੋਂ ਪਰਿਵਾਰ ਹੈ ਕੌੜਾ ਸਮੁੱਚੀ ਸਾਹਿਬ ਸਿੰਘ ਦਾ ਉਹਨਾਂ ਕੋਲ ਪਰਿਵਾਰ। ਜੇਕਰ ਨੌਂ ਦੇ ਕੇ ਤੁਹਾਡਾ ਪਰਿਵਾਰ ਕਰਨਾ ਸ਼ੁਰੂ ਕਰਦੇ ਬੜੀ ਲੰਬੀ ਡਿਸਟੈਂਸ ਕਾਫੀ ਨੌਂ ਰਹਿ ਜਾਣਗੇ। ਪਰਿਵਾਰ ਵਾਸਤੇ ਤੁਸੀਂ ਸਾਰੇ ਸਤਿਕਾਰ ਦੇਵੋ। ਸਾਡੇ ਸ਼੍ਰੋਮਣੀ ਅਕਾਲੀ ਦੇ ਸਰਬ ਪ੍ਰਧਾਨ ਸਾਹਿਬਾਨ ਬੈਠੇ ਨੇ, ਸਾਬਕਾ ਚੇਅਰਮੈਨ ਸਾਹਿਬ ਬੈਠੇ ਨੇ, ਕੁੱਕਰੂ ਵੱਡਿਆਂ ਵੱਡੇ ਆਗੂ ਸਾਹਿਬ ਬੈਠੇ ਨੇ। ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਖੂਬ ਧੰਨਵਾਦ ਹੈ। ਪਰਿਵਾਰ ਵੱਲੋਂ ਸਤਿਕਾਰ ਸਾਂਝੀ ਬੇਨਤੀ ਹੈ ਤੁਹਾਡੇ ਦਰਦ ਦੀ। ਹੁਣ ਗੁਰਕੀ ਰੇਗ ਵਰਤੇਗੀ, ਉਪਰੰਤ ਗੁਰੂ ਘਰ ਲੰਗਰ ਤਿਆਰ ਹੈ। ਜਿਸ ਮੇਰੇ ਵੀਰ ਨੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ, ਜ਼ਿਆਦਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਔਰ ਪਰਿਵਾਰ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੁੰਦੇ ਮੈਂ ਬਾਪੂ ਕਰਨੈਲ ਸਿੰਘ ਦੀ ਯਾਦ ਦੇ ਵਿੱਚ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਆਲੀਸ਼ਾਨ ਜਲੂਆ ਸਾਹਿਬ ਜੋ ਕਿ 1.5 ਲੱਖ ਕੀਮਤਾਂ ਹੋਊਗਾ ਗੁਰਦੁਆਰਾ ਸਾਹਿਬ ਅਲੀਪੁਰ ਵਾਸਤੇ ਭੇਜੂਗਾ। ਔਰ ਨਾਲ ਹੀ ਮੈਂ ਪਰਿਵਾਰ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਲੈ ਕੇ ਆਇਆ। ਪਰਿਵਾਰ ਨੂੰ ਸਤਿਕਾਰ ਸਾਹਿਬ ਬੇਨਤੀ ਹੈ ਕਿ ਪਰਿਵਾਰ ਦੇ ਵੱਡੇ ਸਪੁੱਤਰ ਭਾਈ ਸ਼ੀਸ਼ਾ ਸਿੰਘ ਜੀ ਆ ਕੇ ਬੋਲੇ ਸੋਨਿਆ ਆਪਣੀ ਤੁਹਾਡਾ ਸਾਰਿਆਂ ਦਾ ਕੋਟ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਲ ਬੇਨਤੀ ਕਰਦੇ ਹੋਏ ਬੇਨਤੀ ਸਮਾਪਤ ਕਰਦਾ। ਸੰਗਤ ਸਾਹਿਬ ਲਿਖਿਆ ਮਿਲ ਕਰ ਪਾਓ ਤੇ ਦਿਓ ਸਜਣ ਦਸੀ ਸਰੀਆਂ ਨੂੰ ਹੋਵੇ ਸਹਿਜ ਮੇਰੇ ਪੁੱਤ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸ਼ਿੰਕਾ ਵਾਲਾ ਜਿੱਥੇ ਕਿ ਇੱਕ ਆਪਦੇ ਦੇ ਵਿੱਚ ਦਾਦਿਆਂ ਵੱਲੋਂ ਜੋ ਦੀਵਾਨ ਹਾਲ ਤਿਆਰ ਕੀਤਾ ਜਾ ਰਿਹਾ ਉੱਥੇ ਤਕਰੀਬ 1200 ਬੋਰੀ ਸਮੇਂ ਦੀ ਲੱਗਣੀ ਹੈ। ਉਸ ਵਿੱਚ ਘੁੰਮਣ ਤੋਂ ਬਾਅਦ ਵੱਲੋਂ 31,000 ਦਾ ਜੋ ਕੰਮ ਪਾਇਆ ਗਿਆ ਸੇਵਾ ਕੀਤੀ ਗਈ ਹੈ। ਪਰਿਵਾਰ ਵੱਲੋਂ ਅਲੀਪੁਰ ਸਕੂਲ ਵਾਸਤੇ 1100, ਰਮਦਾਸੀਆ ਭਾਈਚਾਰੇ ਦੀ ਜਿਹੜੀ ਥਾਈ ਹੈ ਉਹਦੇ ਵਾਸਤੇ 1100 ਅਤੇ ਬਾਜੀਵਾਲ ਭਾਈਚਾਰੇ ਦੀ ਜਿਹੜੀ ਥਾਈ ਹੈ ਉਹਦੇ ਵਾਸਤੇ 1100 ਦਿੱਤਾ। ਤੁਸੀਂ ਸੇਵਾ ਪ੍ਰਵਾਨ ਕਰ ਲੀਜੀ। ਮੈਂ ਇੱਥੇ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ, ਤੁਸੀਂ ਸੰਗਤ ਦੇ ਰੂਪ 'ਚ ਇਕੱਠੇ ਹੋਏ ਹੋ, ਆਪਾਂ ਇਹ ਸਮਾਗਮ ਕਰਦੇ ਹਾਂ। ਮਾਪਿਆਂ ਨੇ ਖਾਲਸੇ ਬਾਬਾ ਨੇ ਬੜੀ ਕਿਰਪਾ ਕੀਤੀ ਹੈ ਲੱਗ ਗਿਆ ਆਪਣੇ 'ਤੇ, ਹੁਣ ਇਹ ਦੀਵਾਨ ਹਾਲ ਦਾ ਰੇਟ ਪੈਣਾ ਹੈ ਕਾਬਲੇ ਦੇ ਵਿੱਚ। ਮਾਪਿਆਂ ਵੱਲੋਂ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਤਕਰੀਬਨ 1200 ਦਿਨਾਂ ਲੱਗਣੀ, ਚਾਹੇ ਕੋਈ 2 ਦਿਨ ਦੇ ਸਕਦਾ, ਚਾਹੇ ਕੋਈ 1 ਦਿਨਾਂ ਦੇ ਸਕਦਾ, ਚਾਹੇ ਕੋਈ 4 ਦਿਨ ਦੇ ਸਕਦਾ, ਜੋ ਵੀ ਦੋ ਦਿਨ ਸਮੇਂ ਪਾ ਸਕਦੀ ਹੈ ਉਹ ਪਾਉਣ ਦੀ ਕਿਰਪਾਲਤਾ ਕਰੇ। ਸਾਡੇ ਹਫਤਾ ਚਾਰਜ ਬਹੁਤ ਕਬੀਰਦਾਸ ਜੀ ਵੱਲੋਂ 50 ਦਿਨੇ ਭੇਜੇ ਜਾਣਗੇ, ਉਹਨਾਂ ਨੂੰ ਸੁਨੇਹਾ ਆਇਆ। ਹੋਰ ਵੀ ਸਿੱਖ ਦਾ ਜਿਹੜੇ ਵੀ ਦਾਨ ਕਰਨਾ ਉਹ ਬਾਬਾ ਹਰਦੀਪ ਸਿੰਘ ਜੀ ਕੋਲ ਆਪਣਾ ਨਾਮ ਕਰਵਾ ਸਕਦਾ ਹੈ ਅਤੇ ਆਪਣੀ ਸੇਵਾ ਸਪਲਾਈ ਕਰ ਸਕਦਾ। ਪਰਿਵਾਰ ਵੱਲੋਂ ਬਾਬਾ ਹਰਦੀਪ ਸਿੰਘ ਜੀ ਅਤੇ ਕਾਲ ਸੇਵਾ ਦੇ ਮੁਖੀ ਬਾਬਾ ਗੁਰਵੀਰ ਸਿੰਘ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਇਸ ਸਮਾਗਮ ਲਈ ਵਿਸ਼ੇਸ਼ ਨਾਲ ਯੋਗਦਾਨ ਪਾਇਆ। ਇੱਕ ਵਾਰ ਫਿਰ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ। ਬਾਬਾ ਜੀ ਇੱਧਰ ਆ ਜਾਓ।